ਤੋਂ ਬਿਰਲਾ ਸਾਹਿਬ ਅਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀ ਸ਼ਾਇਦ ਟਾਲ ਦਿੱਤੀ ਗਈ। ਅਜੇ ਤਾਂ ਗਰਮੀ ਵੀ ਨਹੀਂ ਆਈ, ਜੇ ਪਹਿਲਾਂ ਬਿਮਾਰ ਹੋ ਗਏ ਹੈ। ਮੈਂ ਤਾਂ ਹੈਰਾਨ ਹਾਂ ਮੀਰਾ ਦੇ ਬੱਚਿਆਂ 'ਤੇ, ਇਹ ਸੜ ਕਾਕੇ ਨੇ, ਚਾਰ ਦਿਨ ਅਜੇ ਧੁੱਪ ਪਈ ਨਹੀਂ, ਉੱਤੇ ਛੱਤਰੀ ਲਾਈ ਹੈ ਬਾਪੂ ਵਾਲੀ, ਸਮਝੇ ਦੀ ਗੱਲ। ਅਜੇ ਤਾਂ ਆਉਣਾ ਮਈ ਤਾਂ ਆਉਣੀ, ਅਜੇ ਤਾਂ ਦਿਹਾੜੀ ਦੀਆਂ ਪੰਦਰਾਂ ਪੰਦਰਾਂ ਵੀਹ ਵੀ ਮੀਟਿੰਗਾਂ ਅਸੀਂ ਕਰਦੀਆਂ, ਅਤੇ ਅੱਜ ਹੀ ਜੇ ਉਹ ਪੰਜਾਬੀ 'ਚ ਕੀ ਕਿਸੇ ਬਿਮਾਰੀ ਨੂੰ ਦੱਸੋ ਨਾ, ਹੈਂ ਪੰਜਾਬੀ 'ਚ ਵੀ ਦੱਸੋ ਨਾ, ਪੰਜਾਬੀ 'ਚ ਕਿਸੇ 'ਤੇ ਵੀ ਟੱਟੀਆਂ ਲੱਗ ਗਈਆਂ ਬੰਦੇ। ਇਹ ਅਜੇ ਤਾਂ ਯਾਰ ਮੈਦਾਨ ਨੂੰ ਭਖਿਆ, ਟੱਟੀਆਂ ਪਹਿਲਾਂ ਲੱਗ ਗਈਆਂ, ਮੈਨੂੰ ਤਾਂ ਹਿੱਸਾ ਲੱਗਦੀ ਮੈਦਾਨ 'ਤੇ ਭਖਣ ਦਿਓ ਪਿਓ ਦੇ ਪੁੱਤੋ, ਗਾੜੀ ਆਓ ਤੁਸੀਂ ਭਗਵੰਤ ਮਾਨ ਦੇ ਅੱਗੇ ਦਿਓ, ਮਾਨ ਸਾਹਿਬ ਦੇ ਅੱਗੇ ਦਿਓ, ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹੈਰਾਨ ਆ ਕਿ ਮਤਲਬ ਹੁਣ ਪਤਾ ਨਹੀਂ ਇਹ ਸਰੀਰਕ ਟੱਟੀਆਂ ਨੇ ਕਿ ਪੋਲੀਟੀਕਲ ਟੱਟੀਆਂ ਨੇ, ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ, ਪਰ ਮੈਨੂੰ ਲੱਗਦਾ ਪੋਲੀਟੀਕਲ ਟੱਟੀਆਂ ਜਾਂਦੀਆਂ, ਕਿਉਂਕਿ ਸਰਦਾਰਾਂ ਦੇ ਬੱਚੇ ਆ, ਕਾਕੇ ਆ, ਖਾਣ ਪੀਣ 'ਚ ਤਾਂ ਖਿਆਲ ਰੱਖਦੇ ਆ, ਮੈਨੂੰ ਲੱਗਦਾ ਕਿ ਰਾਜ ਸੀ ਮਤਲਬ ਟੱਟੀਆਂ ਜਿਹੜੀਆਂ ਥੱਲਿਓ ਕੱਲ੍ਹ ਬੱਚਿਆਂ ਕੋਲੋਂ ਕੱਲ੍ਹ ਪ੍ਰਚਾਰ ਕਰਾਉਂਦੇ ਸੀ, ਮਤਲਬ ਕੰਮ ਨਿਬੜ ਗਿਆ ਅਕਾਲੀ ਦਲ ਦਾ ਵੀ, ਬੀਜੇਪੀ ਦਾ ਜਿੱਦਾਂ ਪੰਜਾਬ 'ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ। ਸੋ ਬਹੁਤ ਵਧੀਆ ਢੰਗ ਦੇ ਨਾਲ ਸਰ ਉਹ ਪਹਿਲਾਂ ਸਾਰੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ, ਤੁਸੀਂ ਤਾਂ ਇੰਗਲਿਸ਼ ਦਾ ਬਹੁਤ ਬੋਲਿਆ ਤੁਸੀਂ, ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ, ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ 'ਤੇ ਚੱਲਣਾ ਕਿ 32 'ਤੇ ਚੱਲਣਾ ਕਿ 26 'ਤੇ ਚੱਲਣਾ, ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ, ਸਮਝਦੇ ਕਿ ਨਹੀਂ ਗੱਲ, ਤਾਪਮਾਨ ਨੂੰ ਵੇਖ ਕੇ ਨਿਕਲਦੇ ਆ, ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਹਾਂ, ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦਾ ਫਿਰ ਕਹਿੰਦੇ ਚਲੋ ਏ ਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਨਾ, ਆਹ ਉਹਨਾਂ ਦੀ ਹਾਲਤ ਹੈ, ਸਮਝਦੇ ਕਿ ਨਹੀਂ, ਮਤਲਬ ਕੋਈ 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 ਸਰ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ। ਔਰ ਮੈਂ ਤਾਂ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਰਹੀ ਆ, ਔਰ ਕੱਲ੍ਹ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਦੀ ਪਊਗਾ, ਸਭ ਲੋਕ ਵਿੱਚ MLA ਮੰਤਰੀ ਕੈਂਡੀਡੇਟ ਰਾਤ ਦਿਨ ਇੱਕ ਕਰ ਦਾਂਗੇ, ਸਾਡੇ ਲਈ ਤਾਪਮਾਨ 32 ਡਿਗਰੀ ਵੀ ਉੱਦਾਂ ਦਾ, 40 ਵੀ ਉੱਦਾਂ ਦਾ, 50 ਵੀ ਉੱਦਾਂ ਦਾ, 20 ਵੀ ਉੱਦਾਂ ਦਾ, ਜਿੱਦਾਂ ਦਾ ਤਾਪਮਾਨ ਹੋਊਗਾ ਸਰ। ਇੱਕ ਇਲੈਕਸ਼ਨ ਅਸੀਂ ਸਿਆਲ 'ਚ ਲੜੀ ਸੀ, 2-2 ਡਿਗਰੀ 'ਤੇ ਜਾਂਦੇ ਸੀ, 7 ਵਜੇ ਚੱਲ ਜਾਂਦੇ ਡੋਰ ਟੂ ਡੋਰ ਕਰ, ਸਮਝ ਗਏ ਹਾਂਜੀ, ਠੀਕ ਆ, ਉਹਨਾਂ ਆਪੇ ਕਿਹਾ ਯਾਰ ਟੱਟੀਆਂ ਲੱਗ ਗਈਆਂ, ਥੋੜ੍ਹੀਆਂ ਕਹੀਆਂ ਆਪੇ ਕਿਹਾ, ਮੈਂ ਤਾਂ ਸਵੇਰੇ ਦੇਖਣ ਡਿਆ ਉਹ ਆਪੇ ਕਹੀ ਜਾਂਦੇ, ਅਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ, ਮੈਂ ਤਾਂ ਤੁਹਾਡੇ ਯਾਰ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ, ਆਪੇ ਕਹੀ ਜਾਂਦੇ, ਅੱਜ ਸੁਖਬੀਰ ਹੋਣੀ ਬਿਮਾਰ ਹੋ ਗਏ, ਹੁਣ ਮਜੀਠੀਆ ਸਾਹਿਬ ਜਾਣਗੇ, ਅਤੇ ਉਹ ਆਹੀ ਜਾਣ ਜਿਹੜਾ ਮਰਜ਼ੀ ਆਵੇ ਜੀ, ਸਾਨੂੰ ਕੋਈ ਨਹੀਂ ਜੀ, ਪਰਿਵਾਰ ਬਚਾਊ ਯਾਤਰਾ ਹੀ ਉਹ ਕੰਮ ਵਿੱਚੇ ਹੋ ਗਿਆ, ਅਜੇ ਤਾਂ ਮੇਰਾ ਖਿਆਲ ਰਹਿੰਦੇ ਹੋਣਾ, ਅੱਧਾ ਪੰਜਾਬ ਰਹਿੰਦਾ ਹੋਣਾ, ਅਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਵੇ, ਮਾਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ, ਉਹ ਸਿਹਤ ਠੀਕ ਕਰ, ਅਤੇ ਸਰ ਜਿਹੜੀ ਅਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ 'ਚ, ਆਪਣੇ ਅੱਖੀਂ ਦੇਖਣ ਜ਼ਿਆਦਾ ਵੀ ਕੀ ਹਾਲਤ ਹੋ ਰਹੀ ਹੈ। Subscribe to One India channel and never miss an update.